ਇੱਥੇ ਇੱਕ ਪੈਪਰ ਬੈਠ ਗਿਆ ਇੱਧਰ ਉਹ 945 ਵਾਲੇ ਨਾ ਮਣੀ ਦਾ ਤੇ 945 ਕਹਿੰਦੇ ਪਿੰਡ 'ਚ ਕੋਈ ਇੱਦਾਂ ਦਾ ਬੰਦਾ ਹੁੰਦਾ ਜਿਹੜਾ ਵਧੀਆ ਗੱਲਾਂ ਸੁਣਾਉਂਦਾ ਜੀ ਲਾ ਕੇ ਰੱਖਦਾ ਗੱਲ ਨਹੀਂ ਟੁੱਟਣ ਦਿੰਦਾ ਹਾਸੀ ਮਜ਼ਾਕ ਉਹ ਆਹ ਬੰਦਾ ਹੈ ਤੇ ਸਾਡੇ ਦਾ ਮੈਂ ਇੱਥੇ ਡਰ ਲੱਗਦਾ ਸਾਹਮਣੇ ਨਾ ਬੋਲ ਸਾਡੇ ਕੋਲੋਂ ਆ ਸਕਦੀ ਅਸੀਂ ਤਾਂ ਡਰੇ ਹਾਂ ਨਹੀਂ ਅਸੀਂ ਡਰਦੇ ਨਹੀਂ ਹੈਗੇ ਅਤੇ ਰਾਣੇ ਬਾਈ ਕੋਈ ਗੱਲ ਸੁਣਾ ਆਪ ਕੋਈ ਵਧੀਆ ਜੀ ਗੱਲ ਸੁਣਾ ਜੋ ਦਰਸ਼ਕ ਹੱਸੀ ਆਵੇ ਵਧੀਆ ਗੱਲ ਹੋਵੇ ਕੋਈ ਸੱਚੀ ਸੁਣਾ ਬੰਦਿਆਂ ਤੈਨੂੰ ਦੇਖ ਰਹੇ ਆ ਕਨੇਡਾ ਅਮਰੀਕਾ 'ਚ ਤੈਨੂੰ ਦੇਖਿਆ ਜਾਣਾ ਮੈਂ ਆਪਣੇ ਪਿੰਡ ਦੇ ਸਧਾਰਨ ਬੰਦੇ ਬਾਰੇ ਗੱਲ ਦੱਸਦਾ ਉਹ ਲੈਣ ਚਲੇ ਗਿਆ ਵਿਚਾਰਾ ਫੋਨ ਅੱਛਾ ਫੋਨ ਲੈਣ ਚਲੇ ਗਿਆ ਤੇਰੇ ਪਿੰਡ ਦਾ ਬੰਦਾ ਉਹ ਵਿਚਾਰਾ ਸਿੱਧਾ ਜਿਹਾ ਬੰਦਾ ਉਹਨੇ ਫੋਨ ਲੈ ਲਿਆ ਜੀ ਵੀਵੋ ਦਾ ਅੱਛਾ ਵੀਵੋ ਦਾ ਫੋਨ ਲੈ ਲਿਆ ਫੋਨ ਸਾਰਾ ਕੁਛ ਕੇਸ ਬਣ ਗਿਆ ਜਦੋਂ ਇੰਸਟਾਲਮੈਂਟ ਵੀ ਹੋ ਗਈ ਕਿੰਨੀ ਲੱਗੀ ਆ ਕਿਸ਼ਤਾਂ ਪਰ ਲੈਣੇ ਦਾ ਫੋਨ ਹਾਂ ਕਿਸ਼ਤਾਂ ਪਰ ਅੱਛਾ ਕਿਸ਼ਤਾਂ ਪਰ ਫੋਨ ਲੈ ਲਿਆ ਤੇਰੇ ਪਿੰਡ ਦੇ ਬੰਦੇ ਨੇ ਸਾਰਾ ਕੁਝ ਨੌਨ ਲਿਖਤ ਪੜ੍ਹਤ ਹੋ ਗਈ ਹਾਂਜੀ ਉਹਨੂੰ ਬੰਦੇ ਨੂੰ ਉਹ ਫੋਨ ਵਾਲੇ ਕਹਿੰਦੇ ਵੀ ਤੇਰੀ ਜਿਹੜੀ ਕਿਸ਼ਤ ਆ ਜੀ ਅਸੀਂ ਵੀ ਜਿਹੜੀ ਪਟਿਆਲੇ ਬੈਂਕ ਰਾਹੀਂ ਕਰਤੀ ਅੱਛਾ ਪਟਿਆਲੇ ਬੈਂਕ ਨਾਲ ਤੇਰੀ ਕਿਸ਼ਤ ਕਰਤੀ ਉਹ ਉੱਪਰ ਦੇ ਬੰਦਾ ਵਿਚਾਰਾ ਕਹਿੰਦਾ ਮੈਂ ਤਾਂ ਨਹੀਂ ਫੋਨ ਲੈਣਾ ਹਾਂ ਕਿਉਂ ਉਹ ਡਰ ਗਿਆ ਵਿਚਾਰਾ ਹਾਂ ਉਹ ਕਹਿੰਦੇ ਵੀ ਦੱਸੋ ਵੀ ਕਾਹਤੇ ਨਹੀਂ ਲੈਣੀ ਕਹਿੰਦਾ ਪਹਿਲਾਂ ਤਾਂ ਹਾਂ ਵੀ ਫੋਨ ਨਹੀਂ ਲੈਣਾ ਹੈਗਾ ਹਾਂ ਕਹਿੰਦਾ ਪਹਿਲਾਂ ਮੈਂ ਆਪਣੀ 300 ਰੁਪਏ ਦਿਹਾੜੀ ਬਣੂ ਕਾਹਦੇ ਵਾਸਤੇ ਪਟਿਆਲੇ ਜਾਣ ਵਾਸਤੇ ਅੱਛਾ ਉਹਨੂੰ ਭੁਲੇਖਾ ਲੱਗ ਗਿਆ ਵੀ ਪਟਿਆਲੇ ਜਾ ਕੇ ਕਿਸ਼ਤਦਾਰ ਨਹੀਂ ਪੈਣੂ ਆਏ ਨਹੀਂ ਕਹਿੰਦਾ ਫੇਰ ਮੈਂ ਪਟਿਆਲੇ ਜਾਊਂਗਾ ਹਾਂ ਫੇਰ ਬੈਂਕ ਲੱਭੂਗਾ ਪਟਿਆਲੇ ਦਾ ਹਾਂ ਉੱਥੇ ਜਾ ਕੇ ਕਿਸ਼ਤ ਜਮ੍ਹਾਂ ਕਰਾਊਂ ਤੁਸੀਂ ਆਪੇ ਦੇਖ ਲਓ ਵੀ ਕਿੰਨੇ ਸਿੱਧੇ ਬੰਦੇ ਵਿਚਾਰੇ ਹੋ ਜਾਣਾ ਰੋਪੜੇ ਵੀ ਬੈਂਕ ਦਾ ਨਾ ਹੋ ਰੋਪੜ ਤੋਂ ਸਾਡਾ ਇੱਥੇ ਕਿੰਨਾ 250 ਕਿਰਾਇਆ 100-150 ਕਿਰਾਇਆ ਲੱਗੇ ਜਾਂਦਾ ਉਹਨੂੰ ਐਂ ਡਰ ਪੈ ਗਿਆ ਵੀ ਕਿਤੇ ਸਾਡੇ ਨਾਲ ਫੇਰ ਸਾਨੂੰ ਉੱਧਰ ਹੀ ਸਾਨੂੰ ਐਂ ਹੋ ਜਾਂਦਾ ਇੱਥੇ ਡਰ ਫੇਰ ਲੈ ਸਾਡੇ ਕੋਲ ਬਹੁਤ ਆ ਜਾਵੇ ਅਤੇ ਆਹ ਰਾਣਾ ਬਾਈ ਆ ਅੱਗੇ ਆਉਣ ਵਾਲੀ ਵੀਡੀਓ 'ਚ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਵੀ ਲੈ ਕਰਾਂ ਚੰਗਾ ਬੰਦਾ ਤੁਹਾਨੂੰ ਮਿਲ ਕੇ ਚੰਗਾ ਲੱਗਿਆ ਮੈਨੂੰ ਚੰਗਾ ਲੱਗਿਆ ਚੱਲ ਠੀਕ ਨਹੀਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਜਿਹੜਾ ਪਿੰਡ 'ਚ ਹੁੰਦਾ ਨਾ ਵੀ ਹੁਣ ਤਾਂ ਕੈਮਰੇ ਅੱਗੇ ਗੱਲ ਕਰਨੀ ਬੜੀ ਔਖੀ ਹੋ ਜਾਂਦੀ ਹੈ ਇੱਥੇ ਨਾ ਹੁਣ ਇਹਨੇ ਗਰੁੱਪ ਜਿਹਾ ਬਣ ਜਾਣਾ ਇੱਥੇ ਇਹਨੇ ਗੱਲ ਨਹੀਂ ਟੁੱਟਣ ਦੇਣੀ ਇੰਨੀਆਂ ਵਧੀਆ ਵਧੀਆ ਗੱਲਾਂ ਸੁਣਾਉਂਦਾ ਉੱਧਰ ਬਿੱਲੂ ਜਾਂਦਾ ਆਇਆ ਬਿੱਲੂ ਅਤੇ ਇਹਨੇ ਗੱਲ ਨਹੀਂ ਟੁੱਟਣ ਇੰਨੀਆਂ ਬਸ ਹਾਸੀ ਵਾਲੀਆਂ ਗੱਲਾਂ ਛੱਡੀਆਂ ਸੀ ਕਿ ਸਾਡੀਆਂ ਨੇ ਵੱਖੀਆਂ ਅੰਦਰ ਕਰਾ ਦਿੰਦੀਆਂ ਵੀ ਇੱਕ ਆਵਾਜ਼ ਵਿੱਚ ਬੇਸ ਜਾਂ ਹੋਰ ਤਰ੍ਹਾਂ ਦੇ ਇਹਦੇ ਇੱਕ ਤਾਂ ਜੀ ਆਵਾਜ਼ ਵਿੱਚ ਬਹੁਤ ਵਧੀਆ ਬੇਸ ਜਾ ਬਹੁਤ ਤਾਂ ਗੱਲ ਐਂ ਟਕਾ ਟਕਾ ਕੇ ਜੀ ਕਰਦਾ ਨਾ ਛੱਡਦਾ ਵੀ ਹੱਸ ਹੱਸ ਕੇ ਦੂਰ ਆ ਮੈਂ ਕੋਸ਼ਿਸ਼ ਕਰਾਂਗਾ ਕਿਤੇ ਨਾ ਕਿਤੇ ਕਿਤੇ ਗੱਲਾਂ ਸੁਣਾਉਂਦਾ ਹੋਊਗਾ ਇਹ ਵੀ ਕਿਤੇ ਦੂਰ ਤੇ ਜੂਮ ਕਰਕੇ ਗੱਲਾਂ ਸੁਣੀਆਂ ਜਾਣ ਕਿਉਂ ਫਿਰ ਉਸ ਟਾਈਮ ਜੋ ਬੰਦੇ ਦਾ ਚਿਹਰਾ ਹੁੰਦਾ ਨਾ ਅਤੇ ਵਧੀਆ ਫੀਲ ਵਧੀਆ ਆਉਂਦਾ ਹੁਣ ਸਾਡੇ ਗਰਾਊਂਡ ਦੇ ਵਿੱਚ ਭੀੜ ਹੁਣ ਸਾਡੇ ਗਰਾਊਂਡ ਦੇ ਵਿੱਚ ਭੀੜ ਵੱਧਦੀ ਜਾਂਦੀ ਆ ਪਲੇਅਰ ਆ ਰਹੇ ਨੇ ਮੋਟਰਸਾਈਕਲਾਂ ਪਰ ਉਹ ਆ ਕੇ ਸਾਰੇ ਪਲੇਅਰ ਆ ਰਹੇ ਇੱਧਰ ਨੂੰ ਸਾਰੇ ਬਹੁਤ ਦੂਰ ਦੂਰ ਤੋਂ ਪਲੇਅਰ ਵੀ ਆ ਰਹੇ ਆ ਕਾਕਾ ਵੀ ਆ ਰਿਹਾ ਇੱਧਰ ਪਲੇਅਰ ਸਾਡਾ ਆ ਚੁੱਕਿਆ ਇੱਧਰ ਮੈਂ ਕਾਕਾ ਦਿਖਾਉਂਦਾ ਇੱਥੇ ਆ ਗਿਆ ਹੈ ਅੱਜ ਸ਼ਾਮ ਨੂੰ ਇਹਦੇ ਨਾਲ ਜਾਣਾ ਹਾਂਜੀ ਆ ਕਾਕਾ ਜੀ ਆ ਚੁੱਕੇ ਨੇ ਮੇਰੇ ਕੋਲ ਪਹੁੰਚ ਚੁੱਕੇ ਨੇ ਹਾਂਜੀ ਕਾਕਾ ਜੀ ਕਿੱਦਾਂ ਕੀ ਹਾਲ ਹੈ ਕਿੱਥੋਂ ਆਏ ਤੁਸੀਂ ਡਿਊਟੀ ਤੋਂ ਆਏ ਆ ਬੰਦਾ ਮਿਹਨਤੀ ਬੰਦਾ ਵੀ ਹੁਣ ਸਾਡੀ ਇਹ ਬੀ ਟੀਮ ਆ ਸਾਡੀ ਬੀ ਟੀਮ ਦਾ ਕਪਤਾਨ ਆ ਇਹ ਬੀ ਟੀਮ 'ਚ ਕਪਤਾਨ ਆ ਵੈਸੇ ਖੇਡਣ ਦਾ ਮੈਂ ਬੀ ਟੀਮ 'ਚ ਮੈਂ ਵੀ ਖੇਡਣਾ ਪਿੱਛੇ ਤਾਂ ਪਤਾ ਨਹੀਂ ਕਿਹੜੇ ਨੰਬਰ ਹੋ ਗਏ ਉਪ ਕਪਤਾਨ ਲਾ ਲਾ ਜੋ ਮਰਜ਼ੀ ਲਾ ਲਾ ਸਹੀ ਲਾ ਖੇਲੂਗੇ ਤਾਂ ਹੈ ਆਪਾਂ ਆਪਣਾ ਕੀੜਾ ਜਿਹੜਾ ਕੱਢਣਾ ਹੀ ਕੱਢਣਾ ਉਹ ਤਾਂ ਸਾਡੇ ਜਿਹੜੇ ਹੁਣ ਅਸੀਂ ਤਾਂ ਹੁਣ ਕੀ ਕਹਿੰਦੇ ਵੀ ਵੱਡੇ ਹੋ ਚੁੱਕੇ ਹਾਂ ਛੋਟੇ ਛੋਟੇ ਜਿਹੜੇ ਖੇਲਣਗੇ ਏ ਟੀਮ ਬੀ ਟੀਮ ਬਣਾਤੀ ਆ ਅਤੇ ਅਸੀਂ ਵੀ ਖੇਲਾਂਗੇ ਅਤੇ ਅਸੀਂ ਟਾਈਮ ਪਾਸ ਕਰਨ ਆਉਂਦੇ ਇੱਥੇ ਹੁਣ ਚੱਲ ਹੁਣ ਨਿਆਣੇ ਇੱਥੇ ਸਾਥ ਤਾਂ ਦੇਣਾ ਹੀ ਪੈਂਦਾ ਪਰ ਇਸ ਸਾਲ ਮੈਂ ਦੱਸਿਆ ਵੀ ਜਿਹੜਾ ਟੂਰਨਾਮੈਂਟ ਨਾ ਕਰਕੇ ਆਪਣੇ ਮੈਂ ਗੱਲ ਹੋਈ ਪਹਿਲਾਂ ਵੀ ਰਾਤ ਵੀ ਹੋਈ ਸੀ ਗੱਲ ਇਹ ਵੀ ਵਧੀਆ ਕਰਾਉਣਾ ਟੂਰਨਾਮੈਂਟ ਇੱਦਾਂ ਵੀ ਕਮੇਟੀ ਦੀ ਟੀਮ ਪਹਿਲੀ ਫਾਈਨਲ 'ਚ ਬੈਠੀ ਹੋਵੇ ਮਨਦੀਪ ਬਾਈ ਕਿਆ ਹਾਲ ਹੈ ਜਿਹੜਾ ਬੰਦੇ ਨੂੰ ਉਧਾਰ ਨਾ ਦਿੱਤਾ ਜਾਵੇ ਕਿਸੇ ਨੂੰ ਵੀ ਨਹੀਂ ਮੈਂ ਯਾਦ ਕਰਾ ਰਿਹਾ ਮੈਨੂੰ ਵੀ ਮੈਂ ਵੀ ਦੇ ਦਿੱਤਾ 500 ਰੁਪਇਆ ਮੈਨੂੰ ਵੀ ਜਦ ਮੈਨੂੰ 500 ਰੁਪਏ ਫੜਾ ਦਿੱਤਾ ਮੈਨੂੰ ਜਦੋਂ ਫੋਨ ਆ ਗਿਆ ਕਹਿੰਦਾ ਵੀ ਤੈਂ ਬੰਦੇ ਨੂੰ ਉਧਾਰ ਨਾ ਦੇਈ ਪੈਸੇ ਮੈਂ ਕਿਹਾ ਹੁਣ ਤਾਂ ਮੈਂ ਦੇ ਤੇ ਫਿਰ ਕਹਿੰਦਾ ਭੁੱਲ ਜਾ ਹੁਣ ਬਾਈ ਤੂੰ ਵੀ ਭੁੱਲੇ ਜਾ ਕਹਿਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਭੁੱਲਿਆ ਹੋਇਆ 500 ਰੁਪਇਆ ਹੁਣ ਤੂੰ ਵੀ ਭੁੱਲੇ ਜਾ ਚੱਲ ਹੁਣ ਆ ਚੱਲ ਤਾਂ ਪੁੱਛ ਲਈਦਾ ਹੈ ਕਿ ਮੈਂ ਵੀ 500 ਰੁਪਏ ਦਿੱਤਾ ਹੋਇਆ ਮੈਨੂੰ ਤਾਂ ਜਦੋਂ ਟੈਲੀਫੋਨ ਕਹਿੰਦਾ ਬਾਈ 500 ਰੁਪਏ ਦੇ ਤਾ ਹੁਣ ਭੁੱਲ ਜਾ ਹੁਣ ਤੈਨੂੰ ਮਿਲਣਾ ਨਹੀਂ ਹੈਗਾ ਅਤੇ ਬਾਕੀ ਹੁਣ ਕਾਕੇ ਬਾਈ ਤੂੰ ਵੀ ਭੁੱਲ ਜਾ ਹੁਣ ਤੈਨੂੰ ਵੀ ਨਹੀਂ ਮਿਲਣਾ ਹੈਗਾ ਚਲੋ ਦਾਨ ਬੱਲੇ ਸਹੀ ਅਤੇ ਮਿਲਦਾ ਹੁਣ ਸਾਡੀ ਟੀਮ ਇੱਧਰ ਪੂਰੇ ਚਾਰੇ ਪਾਸੇ ਮੈਂ ਵੀ ਵਿੱਚ ਖੇਲ ਮੈਂ ਜਾ ਕੇ ਆਲੇ ਦੁਆਲੇ ਮੇਰੀ ਵੀ ਕਿਤੇ ਫੀਲਡਿੰਗ ਹੋਣੀ ਆ ਅਤੇ ਹੁਣ ਮੈਂ ਵੀ ਵਿੱਚ ਕਰਾਂ ਪ੍ਰੈਕਟਿਸ ਕਰਾਂ ਹੁਣ ਫਿਰ ਮੈਂ ਬਾਕੀ ਬਾਅਦ 'ਚ ਵੀਡੀਓ ਕਲੋਜ਼ ਕਰਾਂਗਾ ਮੈਂ